ਮੈਨੂੰ ਇੱਦਾਂ ਲੱਗ ਰਿਹਾ ਜਿੱਦਾਂ ਮੈਂ ਕਿਸੇ ਬਾਹਰਲੇ ਮੁਲਕ ਵਿੱਚ ਖੜੀ ਹੋਵਾਂ ਅਤੇ ਉੱਥੇ ਕੋਈ ਮੈਨੂੰ ਪੰਜਾਬੀ ਮਿਲ ਜਾਏ, ਜਾਣੀ ਕਿ ਕਿਤਾਬਾਂ ਨੇ, ਨਹੀਂ ਤਾਂ ਦਿਲ ਕਰਦਾ ਵੀ ਇਹਨਾਂ ਨੂੰ ਘੁੱਟ ਲਵਾਂ, ਜੱਫੀ ਪਾ ਲਵਾਂ ਇਹਨਾਂ ਨੂੰ, ਇੰਨਾ ਮੈਨੂੰ ਇਹਨਾਂ 'ਤੇ ਪਿਆਰ ਆ ਰਿਹਾ ਵੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਪੰਜਾਬੀ ਦੀ ਕਿਤਾਬ। ऑप्शनल रख सकते हैं, उर्दू पढ़ सकते हैं, शाहमुखी स्क्रिप्ट भी लाजमी की है, बल्कि बहुत सोहनिया किताबा साड़ी पंजाबी गुरमुखी स्क्रिप्ट दी पई है। दो चार दे नाम बोलो जी। जिदा है कि सिख फलसफे की रूपरेखा, वो लड़की मिनहाज यूनिवर्सिटी तो सिख मत से एम फिल भी कर रही है ना, वो किताबा पूछ रही थी, किताब शायद उसके काम की है काफ़ी। शब्द सागर, रविंदर रवि उन्हों की शब्द सागर, उन्होंने काफ़ी किताबा तो मैं भी पढ़िया हुई, कादर याद की जीवन से रचना, मतलब इतने रेयर किताबा ही ने। मेरा थिएटर तो 21वीं सदी, गुरप्रकाश। अच्छा जी, किताबा जड़िया ने किसी ने डोनेट की हुई ने जी? कुछ डोनेट ने ते कुछ ਇਹ ਤਾਂ ਬਿਲਕੁਲ ਜ਼ਿਆਦਾ ਡੋਨੇਟ ਨਹੀਂ ਹੈ ਪਾਣੀ ਕਲਾਸ ਦਾ ਲੋਕ ਫੋਟੋ ਬਣਾ ਰਹੇ ਇਹ ਤਾਂ ਪੰਜਾਬੀ ਸਾਹਿਤ ਦਾ ਹਾਂ ਬਸ ਇਹ ਲੱਗੀ ਹੋਈ ਹੈ ਯੂਨੀਵਰਸਿਟੀ ਚੰਡੀਗੜ੍ਹ ਇਹ ਹਿੰਦੀ ਦੇ ਵਿੱਚ ਵੀ ਪਈ ਹੈ ਬਲਕਿ ਦੇਵਨਾਗਰੀ ਦੀ ਪਿੱਛ ਕਿਤਾਬ ਵੀ ਪਈ ਹੈ ਮੈਨੂੰ ਲੱਗ ਹੀ ਰਿਹਾ ਵੀ ਇੱਥੇ ਜਿੰਨੀਆਂ ਵੀ ਕਿਤਾਬਾਂ ਨੇ ਉਹ ਜ਼ਿਆਦਾਤਰ ਡੋਨੇਸ਼ਨ ਦੀਆਂ ਹੋ ਸਕਦੀਆਂ ਨੇ ਕਿਉਂਕਿ ਜਦੋਂ ਪੰਜਾਬੀ ਨੂੰ ਕੋਈ ਪੜ੍ਹਦਾ ਨਹੀਂ ਜਾਂ ਗੁਰਮੁਖੀ ਜਾਂ ਉਹਨਾਂ ਦੀ ਸਮਝ ਨਹੀਂ ਆਉਂਦੀ ਤਾਂ ਫਿਰ ਉਹ ਕਿਤਾਬਾਂ ਵੀ ਫਿਰ ਤਰਜਮੇ ਵਾਲੀਆਂ ਹੀ ਪੜ੍ਹਦੇ ਹੋਣਗੇ ਜਿੱਥੇ ਤੱਕ ਮੈਂ ਸਮਝਦੀ ਹਾਂ। ਅੱਛਾ ਡਾਕਟਰ ਸਾਹਿਬ, ਤੁਹਾਨੂੰ ਕਿਹੋ ਲੱਗਿਆ ਇੱਥੇ ਦੇਖ ਕੇ ਕਿ ਇੱਥੇ ਗੁਰਮੁਖੀ ਸੈਕਸ਼ਨ ਵੀ ਹੈਗਾ, ਤੁਹਾਡੇ ਸਿਵਾ ਖਿਆਲ 'ਚ ਕਿੱਥੇ ਗੁਰਮੁਖੀ? ਮੈਨੂੰ ਇੱਦਾਂ ਲੱਗ ਰਿਹਾ ਜਿੱਦਾਂ ਮੈਂ ਕਿਸੇ ਬਾਹਰਲੇ ਮੁਲਕ ਵਿੱਚ ਖੜੀ ਹੋਵਾਂ ਅਤੇ ਉੱਥੇ ਕੋਈ ਮੈਨੂੰ ਪੰਜਾਬੀ ਮਿਲ ਜਾਏ, ਜਾਣੀ ਕਿ ਕਿਤਾਬਾਂ ਨੇ, ਨਹੀਂ ਤਾਂ ਦਿਲ ਕਰਦਾ ਵੀ ਇਹਨਾਂ ਨੂੰ ਘੁੱਟ ਲਵਾਂ, ਜੱਫੀ ਪਾ ਲਵਾਂ ਇਹਨਾਂ ਨੂੰ, ਇੰਨਾ ਮੈਨੂੰ ਇਹਨਾਂ 'ਤੇ ਪਿਆਰ ਆ ਰਿਹਾ ਵੀ ਇੱਥੇ ਪਈਆਂ ਨੇ ਕਿਉਂਕਿ ਮੇਰੇ ਘਰ ਦੇ ਵਿੱਚ ਵੀ ਮੈਂ ਕਿਤਾਬਾਂ ਦਾ ਇੱਕ ਕਮਰਾ ਬਣਾਇਆ ਹੋਇਆ ਅਤੇ ਮੈਨੂੰ ਘਰ ਦੇ ਵਿੱਚ ਸਭ ਤੋਂ ਅਜੀਜ਼ ਥਾਂ ਵੀ ਉਹੀ ਹੈ ਅਤੇ ਇਹ ਵੀ ਮੇਰੇ ਲਈ ਇੱਦਾਂ ਹੀ ਆ। ਕਹਿੰਦੇ ਆਪਣੇ ਜਿੱਥੇ ਕਿਤਾਬਾਂ ਤੋਂ ਬਿਨਾਂ ਸੱਕਣੇ ਜੋ ਘਰ ਨੇ ਉਹ ਘਰ ਕਾਹਦੇ ਘਰ ਨੇ, ਇੱਥੇ ਤਾਂ ਅਸੀਂ ਖੜੇ ਲਾਇਬ੍ਰੇਰੀ 'ਚ। ਨਹੀਂ, ਤੁਹਾਨੂੰ ਇੱਕ ਤੁਹਾਡੇ ਜ਼ਿਹਨ 'ਚ ਸੀਗਾ ਕਿ ਇੱਥੇ ਜਾਓਗੇ ਅਤੇ ਸ਼ਾਹਮੁਖੀ ਦਾ ਤਾਂ ਚਲੋ ਹੋਣੀਆਂ ਹੀ ਸੀਗੀਆਂ, ਗੁਰਮੁਖੀ 'ਚ ਵੀ ਹੋਣਗੀਆਂ ਕਿਤਾਬਾਂ? ਮੇਰੇ ਸੁਪਨੇ 'ਚ ਜ਼ਰੂਰ ਸੀ, ਮੇਰੇ ਜ਼ਿਹਨ 'ਚ ਬਿਲਕੁਲ ਨਹੀਂ ਸੀ। ਇਹ ਸਾਰਾ ਪੋਸੀਬਲ ਹੋਇਆ ਇੱਕ ਤੁਹਾਡੇ ਕਰਕੇ, ਮੀਆਂ ਆਸਿਫ ਜੀ ਉਹਨਾਂ ਦੀ ਮਿਹਰਬਾਨੀ ਤੁਹਾਡੀ। ਅੱਛਾ, ਮਜ਼ੇ ਦੀ ਗੱਲ ਇਹ ਹੈ ਕਿ ਮੈਂ ਵੀ ਅੱਜ ਹੀ ਦੇਖਿਆ ਇੱਥੇ ਕਿ ਗੁਰਮੁਖੀ ਸੈਕਸ਼ਨ ਵੀ ਹੈਗਾ। ਬਸ ਇਹ ਸਮਝ ਲਓ ਕਿ ਆਪਣਾ ਜਿਹੜਾ ਰਾਬਤਾ ਸੀਗਾ ਇਹ ਰੱਬ ਵੱਲੋਂ ਹੀ ਸੀ, ਕਿਉਂਕਿ ਮੈਨੂੰ ਤੁਹਾਡੀ ਵਜ੍ਹਾ ਨਾਲ ਕੁਛ ਪਤਾ ਲੱਗਣਾ ਸੀ ਅਤੇ ਤੁਹਾਡਾ ਮੇਰੀ ਵਜ੍ਹਾ ਨਾਲ ਆਉਂਦਾ ਇੱਥੇ ਸਬੱਬ ਬਣਨਾ ਸੀ ਤਾਂ ਤੁਸੀਂ ਗੁਰਮੁਖੀ ਪੜ੍ਹ ਸਕਣੀ ਸੀ।